ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਪ੍ਰਿਆ ਅਤੇ ਤੁਸੀਂ ਸਾਂਝਾ ਟੀਵੀ ਵੇਖ ਰਹੇ ਹੋ। ਤਾਂ ਮਸ਼ਹੂਰ ਗਾਇਕ ਦੇ ਅਖਾੜੇ ਦੌਰਾਂ ਨੂੰ ਸਮੇਂ ਭਾਜੜਾ ਪੈ ਜਾਂਦੀਆਂ ਨੇ, ਜਦੋਂ ਟੈਂਟ ਉੱਤੇ ਚੜ੍ਹੇ ਲੋਕਾਂ ਦੇ ਕਾਰਨ ਅਚਾਨਕ ਟੈਂਟ ਟੁੱਟ ਜਾਂਦਾ ਹੈ ਤਾਂ ਮੌਕੇ ਉੱਤੇ ਹੀ ਭਾਜੜਾ ਪੈ ਜਾਂਦੀਆਂ ਨੇ। ਤਾਂ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ, ਨੌਜਵਾਨ ਨੇ, ਉਹ ਟੈਂਟ ਉੱਤੇ ਚੜ੍ਹੇ ਹੋਏ ਹੁੰਦੇ ਨੇ ਤਾਂ ਇੰਨਾ ਜ਼ਿਆਦਾ ਲੋਕਾਂ ਦਾ ਭਾਰ ਹੋ ਜਾਂਦਾ ਹੈ, ਜਿਸ ਦੌਰਾਨ ਟੈਂਟ ਟੁੱਟ ਜਾਂਦਾ ਅਤੇ ਲੋਕ ਜਿਹੜੇ ਨੇ ਥੱਲੇ ਡਿੱਗਦੇ ਨੇ। ਹਾਲਾਂਕਿ ਦੱਸਿਆ ਜਾ ਰਿਹਾ ਕਿ ਇਸ ਦੌਰਾਨ ਨੌਜਵਾਨਾਂ 'ਤੇ ਜਾਂ ਫਿਰ ਕਹਿ ਲਿਆ ਜਾਵੇ ਕਿ ਜਿਹੜੇ ਟੈਂਟ ਉੱਤੇ ਚੜ੍ਹੇ ਹੋਏ ਸੀ ਉਹਨਾਂ 'ਤੇ ਕੋਈ ਖਾਸ ਗੱਲ ਸੱਟਾਂ ਨਹੀਂ ਲੱਗੀਆਂ ਨੇ, ਪਰ ਜਿਸ ਦੌਰਾਨ ਇਹ ਹਾਦਸਾ ਵਾਪਰਦਾ ਉਸ ਦੌਰਾਨ ਜ਼ਰੂਰ ਭਾਜੜਾ ਪੈ ਜਾਂਦੀਆਂ ਨੇ। ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਇਹ ਤਸਵੀਰਾਂ ਨੇ ਕਿਸਾਨ ਮੇਲੇ ਦੀਆਂ। ਤਾਂ ਮਲੋੜ ਦੇ ਦਾਣਾ ਮੰਡੀ ਦੇ ਵਿੱਚ 2 ਦਿਨਾਂ ਕਿਸਾਨ ਮੇਲਾ ਲੱਗਿਆ ਹੋਇਆ ਸੀ, ਸ਼ਨੀਵਾਰ ਤੋਂ ਸ਼ੁਰੂ ਹੋ ਚੁੱਕਿਆ ਸੀ ਅਤੇ ਹੁਣ ਸਮਾਪਤੀ ਸੀ। ਤਾਂ ਆਰਨੇਟ, ਪੰਜਾਬੀ ਗਾਇਕ ਆਰਨੇਟ ਦਾ ਜਿਹੜਾ ਅਖਾੜਾ ਲੱਗਿਆ ਹੁੰਦਾ ਸੀ ਤਾਂ ਕੋਈ ਵੀ ਇਸ ਮੇਲੇ ਦੇ ਵਿੱਚ ਪਹੁੰਚ ਸਕਦਾ ਸੀ, ਐਂਟਰੀ ਬਿਲਕੁਲ ਹੀ ਫ੍ਰੀ ਸੀ, ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ, ਨੌਜਵਾਨ ਨੇ ਇੱਥੇ ਪਹੁੰਚੇ ਹੋਏ ਸੀ। ਇੱਕ ਪਾਸੇ ਉਹਨਾਂ ਵੱਲੋਂ ਆਰਨੇਟ ਦਾ ਅਖਾੜਾ ਵੀ ਅਟੈਂਡ ਕੀਤਾ ਗਿਆ ਸੀ, ਦੂਜੇ ਪਾਸੇ ਜੋ ਕਿਸਾਨ ਮੇਲਾ ਲੱਗਿਆ ਹੋਇਆ ਸੀ ਉਸਨੂੰ ਵੀ ਦੇਖਿਆ ਗਿਆ। ਦੱਸਿਆ ਜਾ ਰਿਹਾ ਕਿ 200 ਕੰਪਨੀਆਂ ਜਿਹੜੀਆਂ ਨੇ ਇਸ ਕਿਸਾਨ ਮੇਲੇ ਦੇ ਵਿੱਚ ਪਹੁੰਚਦੀਆਂ ਨੇ। ਹਾਲਾਂਕਿ ਇਸ ਮੇਲੇ ਨੂੰ ਦੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਸੀ ਅਤੇ ਇਹ ਘਟਨਾ ਉਸ ਸਮੇਂ ਵਾਪਰਦੀ ਹੈ ਜਦੋਂ ਆਰਨੇਟ ਦਾ ਅਖਾੜਾ ਲੱਗਿਆ ਹੁੰਦਾ ਹੈ। ਤਾਂ ਇਸ ਅਖਾੜੇ ਨੂੰ ਦੇਖਣ ਦੇ ਲਈ ਕਿਹੜੇ ਕਈ ਨੌਜਵਾਨ ਜਿਹੜੇ ਇੱਥੇ ਪਹੁੰਚਦੇ ਨੇ, ਇੰਨਾ ਜ਼ਿਆਦਾ ਇਸ ਵਿੱਚ ਰਸ਼ ਹੁੰਦਾ ਹੈ ਕਿ ਉਹਨਾਂ ਨੌਜਵਾਨਾਂ ਵੱਲੋਂ ਟੈਂਟ ਉੱਤੇ ਚੜ੍ਹਿਆ ਜਾਂਦਾ ਹੈ ਅਤੇ ਜਦੋਂ ਉਹਨਾਂ ਵੱਲੋਂ ਟੈਂਟ ਉੱਤੇ ਚੜ੍ਹਿਆ ਜਾਂਦਾ ਹੈ ਤਾਂ ਲੋਕਾਂ ਦਾ ਵੱਡਾ ਹਜ਼ੂਮ ਹੋਣ ਦੇ ਨਾਲ ਜਿਹੜਾ ਟੈਂਟ ਹੈ ਉਹ ਡਿੱਗ ਜਾਂਦਾ ਹੈ। ਜਿਸ ਦੌਰਾਨ ਟੈਂਟ ਉੱਤੇ ਜਿਹੜੇ ਲੋਕ ਜਿਹੜੇ ਨੇ ਥੱਲੇ ਆ ਡਿੱਗਦੇ ਨੇ। ਤਾਂ ਮੌਕੇ ਦੀ ਵੀਡੀਓ ਵੀ ਜਿਹੜੀ ਤੁਹਾਨੂੰ ਨਾਲ ਦੀ ਨਾਲ ਸਾਂਝੀ ਕਰਵਾ ਰਹੇ ਹਾਂ, ਦੇਖ ਸਕਦੇ ਹੋ ਕਿ ਜਿਵੇਂ ਹੀ ਟੈਂਟ ਨੀਚੇ ਡਿੱਗਣ ਲੱਗਦਾ ਹੈ ਤਾਂ ਕੁਝ ਤਾਂ ਜਿਹੜੇ ਨੌਜਵਾਨ ਉੱਪਰ ਚੜ੍ਹੇ ਹੁੰਦੇ ਨੇ ਹੌਲੀ ਹੌਲੀ ਉਤਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਇੱਕਦਮ ਹੀ ਜਦੋਂ ਟੈਂਟ ਥੱਲੇ ਆ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਜਿੰਨੇ ਵੀ ਨੌਜਵਾਨ ਟੈਂਟ ਉੱਤੇ ਚੜ੍ਹੇ ਹੁੰਦੇ ਨੇ ਉਹ ਥੱਲੇ ਆ ਡਿੱਗਦੇ ਨੇ ਅਤੇ ਹਲਕੀ ਫੁਲਕੀ ਜਿਹੜੀਆਂ ਸੱਟਾਂ ਉਹਨਾਂ ਦੀ ਜ਼ਰੂਰ ਲੱਗਦੀਆਂ ਨੇ। ਪਰ ਇਹ ਮੌਕੇ ਉੱਤੇ ਹੀ ਇਸ ਕਿਸਾਨ ਮੇਲੇ ਦੌਰਾਨ ਜਿਹੜੀ ਕਹਿ ਲਿਆ ਜਾਵੇ ਕਿ ਭਾਜੜਾ ਪੈ ਜਾਂਦੀਆਂ ਨੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਕਿਸਾਨ ਹੈ, ਨੌਜਵਾਨ ਹੈ, ਉਹ ਇਹ ਮੇਲਾ ਅਟੈਂਡ ਕਰਨ ਦੇ ਲਈ ਪਹੁੰਚਦੇ ਨੇ। ਤਾਂ ਇਸ ਦੌਰਾਨ ਹੀ ਜਿਹੜਾ ਮਸ਼ਹੂਰ ਪੰਜਾਬੀ ਗਾਇਕ ਆਰਨੇਟ ਦਾ ਅਖਾੜਾ ਲੱਗਿਆ ਹੁੰਦਾ ਹੈ ਉਸਦੇ ਗੀਤ ਸੁਣਨ ਦੇ ਲਈ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪਹੁੰਚਦੇ ਨੇ ਅਤੇ ਕਿਤੇ ਥਾਂ ਨਾ ਮਿਲਣ ਕਰਕੇ ਉਹ ਟੈਂਟ ਦੇ ਉੱਪਰ ਹੀ ਚੜ੍ਹ ਜਾਂਦੇ ਨੇ, ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਅਤੇ ਮੌਕੇ ਦੀ ਇਹ ਵੀਡੀਓ ਜਿਹੜੀ ਹੈ ਕਈ ਉੱਥੇ ਦੇ ਖੜ੍ਹੇ ਲੋਕਾਂ ਵੱਲੋਂ ਬਣਾ ਲਿੱਤੀ ਜਾਂਦੀ ਹੈ ਅਤੇ ਇਹ ਵੀਡੀਓ ਵੀ ਕਹਿ ਲਿਆ ਜਾਵੇ ਕਿ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ। ਪਰ ਇਸ ਵਿਚਾਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਇੱਕ ਪਾਸੇ ਐਂਟਰੀ ਬਿਲਕੁਲ ਫ੍ਰੀ ਸੀ, ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਆਪਣੇ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਇਸ ਮੇਲੇ ਨੂੰ ਦੇਖਣ ਦੇ ਲਈ ਪਹੁੰਚਦੇ ਨੇ ਅਤੇ ਉਸ ਦੌਰਾਨ ਕਿਤੇ ਥਾਂ ਨਾ ਮਿਲਣ ਕਰਕੇ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ। ਪਰ ਇਸ ਵਿਚਾਰੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਜਿੱਥੇ ਤੱਕ ਵੀ ਨਜ਼ਰ ਜਾ ਰਹੀ ਹੈ ਕਿਸਾਨ ਮੇਲੇ ਨੂੰ ਦੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈ ਦੂਰ ਦੁਰਾਡੇ ਤੋਂ ਪਹੁੰਚੇ ਹੋਏ ਨੇ ਅਤੇ ਕਿਤੇ ਵੀ ਥਾਂ ਦਿਖਾਈ ਨਹੀਂ ਦੇ ਰਹੀ, ਜਿਸ ਨੂੰ ਬਾਅਦ ਇਹਨਾਂ ਨੌਜਵਾਨਾਂ ਵੱਲੋਂ ਸਿੱਧਾ ਕਿਤੇ ਨਾ ਕਿਤੇ ਜਗ੍ਹਾ ਨਾ ਦੇਖਦਿਆਂ ਹੋਇਆ
ਟੈਂਟ ਉੱਤੇ ਚੜ ਦਿੱਤਾ ਜਾਂਦਾ ਤੇ ਟੈਂਟ ਵੱਲੋਂ ਭਾਰ ਨਾ ਸਹਾਰਦਿਆ ਹੋਇਆ ਇਹ ਸਿੱਧਾ ਜਾ ਕੇ ਥੱਲੇ ਡਿੱਗਦਾ ਹੈ। ਤਾਂ ਦੱਸਿਆ ਜਾ ਰਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਇਹ ਕਿਸਾਨ ਮੇਲਾ ਮਲੋੜ ਦੇ ਵਿੱਚ ਲੱਗਿਆ ਸੀ, ਮਲੋੜ ਦੇ ਦਾਣਾ ਮੰਡੀ ਦੇ ਵਿੱਚ ਲੱਗਿਆ ਹੋਇਆ ਸੀਗਾ, ਜਿੱਥੇ ਕਈ ਏਕੜ ਥਾਂ ਦੇ ਵਿੱਚ ਇਹ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਆਹ ਡੇਟ ਨੂੰ ਸੱਦਿਆ ਜਾਂਦਾ ਹੈ, ਅਖਾੜਾ ਉਸਦਾ ਲਗਾਇਆ ਜਾਂਦਾ ਹੈ ਤੇ ਇਸ ਨੂੰ ਦੇਖਣ ਦੇ ਲਈ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਲੋਕ ਅਤੇ ਉਸ ਦੌਰਾਨ ਹੀ ਜਿਹੜਾ ਹੈ ਇਹ ਹਾਦਸਾ ਵਾਪਰ ਜਾਂਦਾ। ਪਰ ਇਸ ਵਿਚਾਲੇ ਤੁਹਾਨੂੰ ਦੱਸ ਦਿੰਦੇ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ।